ਸਾਂਦਨ ਦੁਨੀਆ ਰੂਮ ਦੀ ਚਲੋ ਇੱਥੇ ਸਟਾਰਟ ਮੇਰੇ ਪਿੰਡੋਂ ਹੋ ਰਿਹਾ ਫੋਨ 3 2 ਐਂਡ 1 ਮੇਰੇ ਨਾ ਪਿੰਡੋਂ ਹੋ ਰਿਹਾ ਵਾ ਫੋਨ ਮੰਮੀ ਕਰਨ ਗਈ ਸੀ ਭਾਬੀ ਨੂੰ ਆਹੋ ਦੀਦੀ ਸੋਰੀ ਉਹ ਮਗਰ ਥੋੜੀ ਕੁੱਟੀ ਗਈ ਹੈ ਇਹਨਾਂ ਦੇ ਜਿੱਦ ਸਿਰ ਮਾਰ ਰਹਾ ਹਾਂ ਗਾੜੀ ਉਹਦੇ ਵਿੱਚ ਜਿੱਦ ਸਿਰ ਮਾਰੀ ਕਹਿੰਦਾ ਮੈਂ ਪਾ ਦਾਂ ਬਲਰ ਚ ਬਣ ਗਿਆ ਸੀ ਹਿੰਦੀ ਕਿਥੋਂ ਰਾਖੀ ਹਮਾਰੇ ਉੱਪਰ ਬਹੁਤ ਪਾਬੰਦੀਆਂ ਸੀ ਹਮਾਰੇ ਉੱਪਰ ਬਹੁਤ ਲਵਲੀ ਇਹ ਜੋ ਵੱਡੀਆਂ ਹੋਈਆਂ ਵਾ ਨਾ ਦੋਵੇਂ ਭੈਣਾਂ ਸਾਡੇ ਘਰ ਨਾ ਪਾਬੰਦੀ ਬਹੁਤ ਜ਼ਿਆਦਾ ਸੀ ਇਹ ਕਿ ਡੈਡੀ ਤੇ ਮੇਰਾ ਵੱਡਾ ਭਰਾ ਜਿਹੜਾ ਨਾ ਉਹ ਵੀ ਘਰੋਂ ਬਾਹਰ ਤੱਕ ਨਿਕਲ ਨਹੀਂ ਦਿੰਦੇ ਕਿਤੇ ਬਹੁਤ ਜ਼ਿਆਦਾ ਪਾਬੰਦੀ ਸਾਡੇ ਤੇ ਲਾਉਂਦੇ ਸੀ ਤੇ ਜਦੋਂ ਦੀ ਮੈਂ ਇੱਥੇ ਆਈ ਹਾਂ ਨਾ ਸੱਚੀ ਮੈਨੂੰ ਬਹੁਤ ਵਧੀਆ ਲੱਗਦਾ ਆ ਕਿਉਂਕਿ ਤੁਹਾਡਾ ਸਾਰਿਆਂ ਦਾ ਸੁਭਾਅ ਬੜਾ ਵਧੀਆ ਮੰਮੀ ਦਾ ਵੀ ਡੈਡੀ ਹੋਣਾ ਦਾ ਵੀ ਬਾਕੀ ਤੁਹਾਡਾ ਸੁਭਾਅ ਮੈਨੂੰ ਬਹੁਤ ਚੰਗਾ ਲੱਗਾ ਆ ਤੇ ਬਾਕੀ ਚੱਲ ਜੱਟਾ ਹੋ ਰਿਹਾ ਜੀ ਕੋਈ ਗੱਲ ਨਹੀਂ ਬਾਕੀਆਂ ਦੀ ਵੀ ਕੋਈ ਗੱਲ ਨਹੀਂ ਪਿੰਡ ਰਾਜੀ ਬਾਜੀ ਆਪਣੀ ਦਾਦੀ ਰਿਹਾ ਕਰੀ ਤੇ ਤੁਸੀਂ ਕਹਿੰਦੇ ਰਾਜੀ ਬਾਜੀ ਕਾਹਦੀ ਦੱਸ ਰਹੀ ਮੇਰੇ ਕੋਲ ਫੋਨ ਫਾਨ ਕੋਈ ਨਹੀਂ ਹੈਗਾ ਤੇ ਫੋਨ ਵੀਖੋ ਰਹਿੰਦਾ ਉਹ ਕਰਾਦਾ ਇਹਨਾਂ ਨੇ ਹੁਣ ਤੁਸੀਂ ਕਹੋ ਤੇ ਮੈਂ ਲਵਲੀ ਤੁਹਾਨੂੰ ਪਸੰਦ ਕਰਦੀ ਚੱਲ ਜੇ ਤੁਸੀਂ ਆਪਣੇ ਘਰ ਦੋਵਾਂ ਦੋਵਾਂ ਦਾ 3 2 ਐਂਡ 1 ਬਾਕੀ ਲਵਲੀ ਗੱਲ ਇਹ ਆ ਕਿ ਮੈਂ ਨਾ ਤੁਹਾਨੂੰ ਪਸੰਦ ਕਰਦੀ ਹਾਂ ਤੇ ਜੇ ਤੂੰ ਆਪਣੇ ਘਰ ਦੇ ਨਾਲ ਕਰਦਾ ਇਹ ਵੀ ਸੀਟ ਵਿੱਚ ਪਾ ਦੋ ਨਾ ਚਲ ਮੈਂ ਸਮਝਿਆ ਵਾ ਵੀ ਮੈਂ ਇਹ ਹਿਸਾਬ ਲਾਇਆ ਵਾ ਵੀ ਚਲੋ ਤਾਂ ਤੁਹਾਡੇ ਘਰ ਚ ਨਸ਼ਾ ਨਹੀਂ ਲਵਲੀ ਬਾਕੀ ਗੱਲ ਇਹ ਆ ਕਿ ਮੈਂ ਨਾ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਤੁਸੀਂ ਆਪਣੇ ਘਰ ਦੇ ਨਾਲ ਗੱਲ ਕਰਕੇ ਵੇਖਿਓ ਹਾਂ ਯਾਰ ਘਰ ਦਿਆਂ ਨੇ ਤੇ ਮੰਨ ਹੀ ਜਾਣਾ ਵਾ ਬਾਕੀ ਸਾਰੇ ਮੰਨੇ ਮੰਨੇ ਆ ਬਾਕੀ ਇਹ ਆ ਵੀ ਮੰਮੀ ਨੇ ਨਹੀਂ ਮੰਨਣਾ ਕਿਉਂ ਮੰਮੀ ਨੇ ਕਿਉਂ ਨਹੀਂ ਮੰਨਣਾ ਮੰਮੀ ਸਾਡੀ ਹੈ ਇਦਾਂ ਦੀ ਆ ਅੜਬਜੀ ਆ ਤੁਸੀਂ ਗੱਲ ਕਰਕੇ ਤੇ ਵੇਖਿਓ ਇੱਕ ਵਾਰ ਗੱਲ ਤੇ ਮੈਂ ਕਰੂੰਗਾ ਪਰ ਇਹ ਆ ਵੀ ਬਾਕੀ 3 2 1 ਝਾੜੂ ਪੋਚਾ ਲਾਇਆ ਫਿਰ ਰਸੋਈ ਦਾ ਕੀਤਾ ਕੱਪੜੇ ਧੋਤੇ ਹੁਣ ਕੋਠੇ ਰਸੋਈ ਭਾਜੀ ਵੱਧ ਘੱਟ ਕਿਹੜੇ ਡੱਬੇ ਰੱਖੇ ਰੰਗ ਰੁੰਗ ਵਾਲੇ ਤੇ ਉਹਨੂੰ ਸਾਫ਼ ਕਰਾਵੇ ਉਹ ਸਾਰੇ ਕੰਮ ਮੈਨੂੰ ਕਹਿੰਦੀ ਹੈ ਨਾ ਹੁਣ ਤੂੰ ਕਾਬੂ ਆ ਗਈ ਹੈ ਤਾਂ ਉਹਨੇ ਤੈਨੂੰ ਹੀ ਕਹਿਣਾ ਸੀ ਤੇ ਬੰਦਾ ਹਿਸਾਬ ਦਾ ਕਰਾ ਲਏ ਉਹਨਾਂ ਨੇ ਚੰਗਾ ਲਾਹ ਕੱਢਿਆ ਮੇਰਾ ਚੰਗੀ ਆਈ ਉਹਨੇ ਉਹਦੇ ਨਾਲ ਗੱਲ ਦੱਸ ਤੈਨੂੰ ਟੁਕਰੇ ਕਰਨ ਵਾਲੀ ਹੋਈ ਜਾਂ ਨਿੱਕੇ ਨਿੱਕੇ ਕਰਕੇ ਤੇ ਚਾਰ ਹੀ ਪਾ ਛੜ ਉਦਾਂ ਗੱਲ ਨੂੰ ਦੱਸਾ ਕਿ ਦੀਦੀ ਉੱਥੇ ਨਾ ਤੇਰਾ ਦੇਰ ਆ ਗਿਆ ਕੋਠੇ ਤੇ ਮੈਂ ਲੱਗੀ ਹੋਈ ਡੱਬੇ ਸਾਫ਼ ਕਰ ਲਵਲੀ ਆਹੋ ਕੀ ਕਹਿੰਦਾ ਮੈਂ ਇਹਦੀ ਮੁੰਡਾ ਬਣਾ ਚੰਗਾ ਦੋ ਕੀ ਉਹਨੇ ਕੀਤਾ ਇਹ ਦੱਸ ਮੈਂ ਲਈ ਡੱਬੇ ਸਾਫ਼ ਕਰ ਲਿਆ ਆ ਗਿਆ ਤਾਂ ਲਿਆ ਰਵਿੰਦਰ ਮੈਂ ਤੇਰਾ ਕਰਾ ਦਿੰਦਾ ਹੈ ਸ਼ੁਗਰ ਆ ਤੇਰੀ ਆਖੇ ਲੱਗ ਗਿਆ ਮੇਰੇ ਲਾਗੋ ਤੇ ਕਦੇ ਭਾਂਡਾ ਫੜ ਕੇ ਨਹੀਂ ਉਹਨੇ ਪਰਾ ਕੀਤਾ ਨਾ ਮੈਂ ਨਾ ਦੋਸੇ ਵੇਲੇ ਡੱਬੇ ਸਾਫ਼ ਕਰਾਉਣ ਲੈ ਪਿਆ ਬੜਾ ਚੰਗਾ ਵਾ ਵੇ
ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਜੇ ਤੈਨੂੰ ਪਸੰਦ ਆ ਨਾ ਤੇ ਮੈਂ ਕਰਦਾ ਛੱਡਣਾ ਗੱਲ ਯਾਰ ਚੱਲ ਪੁੱਛੀ ਭਲਾ ਕੀ ਕਹਿੰਦੇ ਆ ਕੋਈ ਗੱਲ ਨਹੀਂ ਨਾਲੇ ਬੰਦਾ ਵੀ ਆ ਉੱਥੇ ਰਿਸ਼ਤਾ ਕੋਈ ਗੱਲ ਨਹੀਂ ਨਾਲੇ ਬੰਦਾ ਵਾ ਹੂੰ ਤੂੰ ਟੈਨਸ਼ਨ ਨਾ ਲੈ ਠੀਕ ਆ ਜੇ ਕੰਮ ਤੇਰਾ ਸਮਝ ਹੋ ਗਿਆ ਆਹ ਚੱਲ ਪੁੱਛ ਕੇ ਫਿਰ ਮੈਨੂੰ ਦੱਸੀ ਚੱਲ ਚੱਲ ਮੈਂ ਸ਼ਰਮ ਆਵਾਂ ਯਾਰ ਮੁੰਡੇ ਨੂੰ ਚਲੋ ਹੋ ਜਾ ਮੈਂ ਪੁੱਛਣਾ ਜਾ ਕੇ ਸੰਦ ਨੂੰ ਦੁਨੀਆ ਰੂਮ ਦੀ ਚਲੋ ਸਟਾਰਟ ਕਰ ਪਿੰਡ ਵਾਲਿਆ ਫੋਨ 3 2 and 1 ਹਿੰਦੀ ਕਿੱਥੋਂ ਰਾਖੀ ਬੰਦਿਸ਼ ਹਮਾਰੇ ਉੱਪਰ ਬਹੁਤ ਪਾਬੰਦੀਆਂ ਸੀ ਹਮਾਰੇ ਉੱਪਰ ਬਹੁਤ ਲਵਲੀਆਂ ਹੀ ਜੋ ਵੱਡੀਆਂ ਹੋਈਆਂ ਵਾ ਨਾ ਦੋਵੇਂ ਭੈਣਾਂ ਸਾਡੇ ਘਰ ਨਾ ਪਾਬੰਦੀ ਬਹੁਤ ਜ਼ਿਆਦਾ ਸੀ ਇਹ ਕੀ ਡੈਡੀ ਤੇ ਮੇਰਾ ਵੱਡਾ ਭਰਾ ਜਿਹੜਾ ਨਾ ਉਹ ਵੀ ਘਰੋਂ ਬਾਹਰ ਤੱਕ ਨਿਕਲ ਨਹੀਂ ਦਿੰਦੇ ਕਿਤੇ ਬਹੁਤ ਜ਼ਿਆਦਾ ਪਾਬੰਦੀ ਸਾਡੇ 'ਤੇ ਲਾਉਂਦੇ ਸੀ ਅਤੇ ਜਦੋਂ ਦੀ ਮੈਂ ਇੱਥੇ ਆਈ ਹਾਂ ਨਾ ਸੱਚੀ ਮੈਨੂੰ ਬਹੁਤ ਵਧੀਆ ਲੱਗਦਾ ਆ ਕਿਉਂਕਿ ਤੁਹਾਡਾ ਸਾਰਿਆਂ ਦਾ ਸੁਭਾਅ ਬੜਾ ਵਧੀਆ ਮੰਮੀ ਦਾ ਵੀ ਡੈਡੀ ਹੋਣਾ ਦਾ ਵੀ ਬਾਕੀ ਤੁਹਾਡਾ ਸੁਭਾਅ ਮੈਨੂੰ ਬਹੁਤ ਚੰਗਾ ਲੱਗਾ ਆ ਅਤੇ ਬਾਕੀ ਬਾਕੀ ਰਹੀ ਗੱਲ ਵੀ ਓਦਾਂ ਮੈਂ ਵੀ ਤੈਨੂੰ ਪਸੰਦ ਕਰਦਾ ਵਾ